ਆਪਾਂ ਜਾ ਰਹੇ ਹਾਂ ਕਿੱਥੇ ਜਾ ਰਹੇ ਫੈਸਲਾ ਬਾਜੀ ਜੁਗਤਾ ਬਹੁਤ ਪੈਣੇ ਬਾਜ਼ਾਰ ਨੂੰ ਜਾ ਕੇ ਜੁਗਤਾ ਮਾਰਨੀ ਆ ਗਈਆਂ ਮਜ਼ਾਕ ਕਰ ਲਈਦਾ ਸ਼ੁਕਰੀਆ ਬਾਈ ਜੀ ਮੁਹੱਬਤ ਤੁਹਾਡੀ ਧੰਨਵਾਦ ਲੈਂਦੇ ਪੰਜਾਬ ਵਾਲੇ ਮਹਿਮਾਨ ਨੂੰ ਯਾਰ ਬੜੀ ਸੇਵਾ ਕਰਦੇ ਆ ਬੜਾ ਦਿਲੋਂ ਸਤਿਕਾਰ ਕਰਦੇ ਆ ਬਾਕੀ ਢਿੱਲੋਂ ਸਾਹਿਬ ਦਾ ਬੜਾ ਇੱਥੇ ਆਦਰਮਾਨ ਸਤਿਕਾਰ ਹੈ ਚੌਧਰੀ ਹੈ ਜੋ ਹੋਏ ਇੱਧਰ ਦੇ ਪੰਜਾਬੀ ਲਹਿਰ ਵਾਲੇ ਨਾ ਅਤੇ ਜਿੱਥੋਂ ਫੁੱਲ ਦਿੰਦੇ ਆ ਉਹ ਵੀ ਮੈਂ ਦਿਖਾਤਾ ਸੀਗਾ ਪਹਿਲਾਂ ਵੀ ਪੰਜਾਬੀ ਲਹਿਰ ਦੇ ਜਿੰਨੇ ਮਹਿਮਾਨ ਆਉਂਦੇ ਆ ਅਤੇ ਉਹ ਫੁੱਲ ਕਿਤੋਂ ਜਾਂਦੇ ਆ ਅਤੇ ਪੰਜਾਬੀ ਲਹਿਰ ਦੇ ਜਿਹੜੇ ਗਿਫਟ ਲੋਹੀਆਂ ਦੇ ਗਿਫਟ ਜਾਂਦੇ ਉਹ ਵੀ ਅੱਜ ਤੁਹਾਨੂੰ ਦਿਖਾਤਾ ਵੀ ਲੋਹੀਆਂ ਦੇ ਗਿਫਟ ਇੱਥੋਂ ਜਾਂਦੇ ਆ ਪੰਜਾਬੀ ਲਹਿਰ ਦੇ ਮੈਂ ਕਿਹਾ 500 ਹੋਰ ਛੱਡ ਦਿਓ ਉਹਨਾਂ ਦਾ ਅਮਲੀ ਵਾਲੀ ਚਾਹ ਅਸਲਾਮ ਵਾਲੇਕਮ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਆ ਰੂਬਰੂ ਆਪਾਂ ਜਾ ਰਹੇ ਹਾਂ ਕਿੱਥੇ ਜਾ ਰਹੇ ਫੈਸਲਾ ਬਾਜੀ ਜੁਗਤਾ ਬਹੁਤ ਪੈਣੇ ਆ ਬਾਜ਼ਾਰ ਨੂੰ ਜਾ ਕੇ ਫਿਰਨਾ ਹੀ ਵੇਖ ਲਾ ਫੈਸਲਾਬਾਦੀ ਬਹੁਤ ਭੈੜੇ ਹੁੰਦੇ ਆ ਬਾਈ ਜੀ ਤਾਂ ਕਰਦਾ ਨੀ ਘੁੰਮਣ ਨੂੰ ਪਰ ਬਹੁਤ ਕੁਛ ਦਿਖਾਉਣ ਵਾਲਾ ਇਹ ਸ਼ਹਿਰ ਚ ਤੇ ਕਿਉਂਕਿ ਜੁਗਤਾਂ ਵੀ ਖਾਣ ਵਾਲੇ ਇਹ ਜਲੀਲ ਬਹੁਤ ਕਰਦੇ ਬੰਦੇ ਨੇ ਤੇ ਉੱਥੇ ਸ਼ੋਪਿੰਗ ਵਾਲਾ ਵੀ ਬਹੁਤ ਸਮਾਨ ਹੈ ਆਪਾਂ ਸਵੇਰੇ ਸਵੇਰੇ ਚੱਲੇ ਹਾਂ ਤੇ ਖੁਸ਼ੀ ਹੋਣਾ ਹੋਵੇ ਸ਼ੋਪਿੰਗ ਨੂੰ ਲੱਗ ਜੇ ਤੇ ਟਾਈਮ ਆਪਣਾ ਇਹਨਾਂ ਵਿੱਚ ਵੀ ਲਗਾ ਲਾ ਨਾ ਨਾਲ ਤੁਹਾਨੂੰ ਇਹ ਢਿੱਲੋਂ ਸਾਹਿਬ ਹੋਰਾਂ ਦਾ ਸ਼ਹਿਰ ਕਿਹੋ ਜਿਹਾ ਜਿਹੜਾ ਬੰਦੇ ਨੂੰ ਲੋਕਲ ਸ਼ਹਿਰ ਪੈਂਦਾ ਹੁੰਦਾ ਨਾ ਅੱਜ ਤੁਹਾਨੂੰ ਢਿੱਲੋਂ ਸਾਹਿਬ ਦਾ ਸ਼ਹਿਰ ਘੁਮਾਉਂਦੇ ਹਾਂ ਅਸੀਂ ਗੁਰਦੁਆਰਾ ਸਾਹਿਬ ਆ ਸਿੰਘ ਸਭਾ ਉੱਥੇ ਵੀ ਚੱਲਾਂਗੇ ਆਪਾਂ ਨਾਲ ਦੀ ਨਾਲ ਸ਼ੋਪਿੰਗ ਵੀ ਤੇ ਲੱਸੀ ਵੀ ਪੀਵਾਂਗੇ ਹੋਰ ਵਾਵਾ ਕੁਛ ਨਾਸ਼ਤਾ ਕਰਕੇ ਨੇ ਵੀ ਨਾਸ਼ਤਾ ਵੀ ਉੱਥੋਂ ਜਾ ਕੇ ਕਰਨਾ ਅੱਜ ਫੈਸਲਾਬਾਦ ਦਾ ਪੂਰਾ ਗੇੜਾ ਦੇ ਦੇਣਾ ਜੀ ਦੇਖਿਓ ਫਿਰ ਕਿਵੇਂ ਰਹਿੰਦਾ ਆ ਜਾਓ ਫਿਰ ਚੱਲਦੇ ਆ ਆਪਾਂ ਲੈਲਪੁਰੇ ਹਾਂਜੀ ਘੰਟੇ ਘਰੇ ਹਾਂਜੀ ਆ ਜਾਓ ਉਹ ਬੰਦਾ ਵੀ ਇੱਕ ਸਾਨੂੰ ਲੱਭ ਗਿਆ ਇਹਦੇ ਨਾਲ ਗੱਲ ਕਰਦੇ ਅਸਲਾਮ ਵਾਲੇਕਮ ਭਾਈ ਕੀ ਹਾਲ ਹੈ ਠੀਕ ਠਾਕ ਇਹ ਬੰਗਾਲੀ ਲੱਸੀ ਵਾਲੇ ਆ ਲਓ ਜੀ ਇੱਧਰ ਬੰਦਾ ਹੈਗਾ ਅਸੀਂ ਹੋਰ ਫੜ ਲਿਆ ਅਸਲਾਮ ਵਾਲੇਕਮ ਉੱਤੋਂ ਹੀ ਫੜ ਲਿਆ ਚੱਠਾ ਸਾਹਿਬ ਸਵੇਰੇ ਸਵੇਰੇ ਠੰਡ 'ਚ ਲੱਸੀ ਇਹ ਸਾਡੇ ਜੀ ਦੋਸਤ ਨੇ ਚੱਠਾ ਸਾਹਿਬ ਲੱਸੀ ਚੱਠਾ ਸਾਹਿਬ ਤੁਹਾਨੂੰ ਪੈ ਗਈ ਅੱਜ ਉਹ ਤਾਂ ਨਜ਼ਰ ਆਉਂਦੇ ਇਹ ਚੱਠਾ ਸਾਹਿਬ ਆਪਣੇ ਦੋਸਤ ਵਿੱਚ ਹਿਸਟੋਰੀਅਨ ਨੇ ਅਸੀਂ ਇਕੱਠੇ ਕਰਵਾਈਦਾ ਹੁੰਦਾ ਇੱਕ ਮੇਲਾ ਵੀ ਹਰ ਸਾਲ ਇਹਨਾਂ ਦਾ ਹਿਸਟਰੀ ਅਤੇ ਤਾਰੀਖ 'ਤੇ ਬੜਾ ਕੰਮ ਹੈ ਇਹਨਾਂ ਨਾਲ ਗੱਲਬਾਤ ਜਿਹੜੀ ਆਪਾਂ ਕਰਦੇ ਚੱਠਾ ਸਾਹਿਬ ਹੁਣ ਸਬੱਬੀ ਤੁਸੀਂ ਲੱਭ ਤਾਂ ਗਏ ਜੇ ਹਾਂਜੀ ਅਤੇ ਹੁਣ ਲੱਸੀ ਵੀ ਨਾਲ ਪੀ ਲਓਗੇ ਲੱਸੀ ਨਹੀਂ ਪੀਣੀ ਨਹੀਂ ਹੁਣ ਤੁਸੀਂ ਕਿੱਥੇ ਪੀਣ ਦੇਣੀ ਅੱਛਾ ਚੱਠਾ ਸਾਹਿਬ ਇਹ ਲੈਲਪੁਰ ਦੀ ਥੋੜ੍ਹੀ ਜਿਹੀ ਤਾਰੀਖ 'ਤੇ ਦੱਸ ਦਿਓ ਸਰਾਊਂਡਿੰਗ ਇੱਥੇ ਕਿਹੜੇ ਕਿਹੜੇ ਜਿਸ ਤਰ੍ਹਾਂ ਜਿਹੜੇ ਹੀਰੋਜ਼ ਨੇ ਪੂਰੇ ਦੇ ਵਿੱਚ ਕੀ ਵੇਖਣ ਵਾਲਾ ਜਿਹੜੇ ਲੋਕ ਵੇਖਣਾ ਚਾਹੁੰਦੇ ਉਹਨਾਂ ਵਾਸਤੇ ਹਾਂਜੀ ਲੈਲਪੁਰ ਦੀ ਜਿਹੜੀ ਅਸੀਂ ਤਾਰੀਖ ਜਿਹੜੀ ਆ ਬੜੀ ਸਵਾਦੀ ਹੈ ਗੱਲ ਕਰਨੀ ਚਾਹੀਦੀ ਉਹਦੇ 'ਤੇ ਲੈਲਪੁਰ ਵੇਖੋ 1894 'ਚ ਸ਼ੁਰੂ ਹੋਇਆ ਸੀ ਔਰ 1904 'ਚ ਬਣ ਗਿਆ ਸੀ ਇਹ ਸਮਝ ਲੈ ਕੇ ਇੱਦਾਂ ਸੀ ਕਿ ਮੁਲਤਾਨ ਤੋਂ ਲਾਹੌਰ ਤੱਕ ਕੋਈ ਵੀ ਸ਼ਹਿਰ ਨਹੀਂ ਸੀ ਹੈ ਅਤੇ ਸੋ ਉਹਨੂੰ ਉਹਨਾਂ ਨੇ ਵੇਖਿਆ ਵੀ ਇਹ ਇੱਕ ਬਣਾਇਆ ਜਾਏ ਸ਼ਹਿਰ ਜਿਹੜਾ ਇੰਨਾ ਚਿਰ ਰਾਹ ਥਾ ਨਹੀਂ ਕਿਤੇ ਖਲੋਣ ਦਾ ਥਾਂ ਹੋਵੇ ਬਾਹਰ ਉਦੋਂ ਇਹ ਸਾਂਡਲ ਆ ਅਤੇ ਉਦੋਂ ਇਹ ਬਾਹਰ ਦਾ ਹੀ ਇਲਾਕਾ ਸਾਰਾ ਜੰਗਲ ਸੀ ਅਤੇ ਫਿਰ ਉਸ ਵੇਲੇ ਇੱਥੇ ਇਹਦੀ ਉਸਾਰੀ ਕੀਤੀ ਗਈ ਇਹਨੂੰ ਸ਼ਹਿਰ ਨੂੰ ਬਣਾਇਆ ਗਿਆ ਜਿਵੇਂ ਇਹ ਸ਼ਹਿਰ ਬਣਿਆ ਕਿਉਂਕਿ ਨਵਾਂ ਸ਼ਹਿਰ ਸੀ ਅਤੇ ਆਲੇ ਦੁਆਲੇ ਦੇ ਜਿਹੜੇ ਚੰਗੇ ਕਿਸਾਨ ਸਨ ਜਿਹੜੇ ਬਾਈ ਬੀਜੀ ਜਾਣਦੇ ਸਨ ਉਹਨਾਂ ਫਿਰ ਇੱਥੇ ਜ਼ਮੀਨਾਂ ਲਈਆਂ ਉਹਦੇ ਮੁੱਲ ਵਿਕੀ ਜ਼ਮੀਨ ਕਿਸੇ ਨੂੰ ਦਾਨ ਨਹੀਂ ਹੋਈ ਸਾਰੀ ਅਤੇ ਇਹ ਫਿਰ ਲੋਕ ਇੰਜ ਹੀ ਆਉਂਦੇ ਰਹੇ ਅਤੇ ਬਹਿੰਦੇ ਰਹੇ ਇੱਥੇ ਅਤੇ ਇਹ ਸ਼ਹਿਰ ਜਿਹੜਾ ਨਾ ਇੱਕ ਤਰ੍ਹਾਂ ਸਮਝ ਲੈ ਕੇ ਇੱਕ ਨਵਾਂ ਮਾਡਰਨ ਸ਼ਹਿਰ ਬਣਿਆ ਔਰ ਮਾਡਰਨ ਸ਼ਹਿਰ ਬਣਨ ਦੇ ਨਾਲ ਇੱਥੇ ਜਿਹੜਾ ਸਮਝ ਲੈ ਕੇ ਸਿਆਸੀ ਇੱਕ ਜਿਹੜੀ ਗੱਲ ਸੀ ਨਾ ਸੂਝ ਬੂਝ ਉਹ ਵੀ ਬੜੀ ਤਗੜੀ ਬਣੀ ਕਿ ਵੀ ਜਿਵੇਂ ਪੰਜਾਬ ਦੇ ਵਿੱਚੋਂ ਵੱਡੀਆਂ ਤਹਿਰੀਕਾਂ ਦੀ ਅਗਰ ਗੱਲ ਕਰੀਏ ਕਿ ਕਿੱਥੋਂ ਤੁਰੀਆਂ ਕਿਸਾਨਾਂ ਦੀਆਂ ਜਾਂ ਜਿਹੜੇ ਹੀਰੋਜ਼ ਦੀ ਤੁਸੀਂ ਗੱਲ ਕਰ ਰਹੇ ਉਹਦਾ ਮੁੱਢ ਕਿਤੇ ਨਾ ਕਿਤੇ ਤੁਹਾਨੂੰ ਲੈਲਪੁਰ ਹੀ ਲੱਭਦਾ ਸਰਦਾਰ ਕਿਸ਼ਨ ਸਿੰਘ ਹੋਣ ਜਾਂ ਅਜੀਤ ਸਿੰਘ ਹੋਣ ਜਾਂ ਭਗਤ ਸਿੰਘ ਹੋਏ ਇਹ ਪੂਰਾ ਟੱਬਰ ਸਾਡੇ ਲੈਲਪੁਰ 'ਚ ਹੀ ਰਿਹਾ
ਇੱਥੋਂ ਹੀ ਇਹਨਾਂ ਨੇ ਸਾਰਾ ਕੰਮ ਤੋਰਿਆ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਵੇਖੋ ਕਿ ਨਾ ਸਿਰਫ ਉੱਧਰ ਬਲਕਿ ਫਨਕਾਰਾਂ ਦੀ ਵੀ ਇਹ ਬੜੀ ਵੱਡੀ ਧਰਤੀ ਬਣੀ। ਮਤਲਬ ਅਸੀਂ ਬਹੁਤ ਪੁਰਾਣੇ, ਯਾਨੀ ਨਕਸ਼ ਲੈਲਪੁਰੀ ਦਾ ਨਾਂ ਮੇਰਾ ਖਿਆਲ ਹੈ ਕਿ ਇੰਡੀਆ 'ਚ ਸਾਰੇ ਲੋਕ ਜਾਣਦੇ, ਬਲਕਿ ਲੈਲਪੁਰ 'ਚ ਵੀ ਜਾਣਦੇ। ਫਿਲਮ ਦੇ ਵਿੱਚ ਬੜਾ ਵੱਡਾ ਨਾਂ, ਐਡਾ ਸੋਹਣਾ ਗੀਤ ਲਿਖਦੇ ਅਤੇ ਉੱਥੇ ਸ਼ਾਇਰ ਵੀ ਆਏ ਵੱਡੇ ਲੋਕ, ਜਿਨ੍ਹਾਂ ਨੂੰ ਅਸੀਂ ਕਹਿ ਲਿਆ ਕਿ ਸਿਆਸੀ ਆਗੂ ਵੀ ਇੱਥੋਂ ਨਿਕਲੇ ਅਤੇ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਲੋਕਾਂ ਨੇ ਆਪਣੇ ਤੌਰ 'ਤੇ ਵੀ ਬੜਾ ਕੰਮ ਕੀਤਾ। ਮਤਲਬ ਜਿਹੜਾ ਖਾਲਸਾ ਕਾਲਜ ਹੈ ਉਹਦੀ ਜਿਹੜੀ ਪੂਰੀ ਜ਼ਮੀਨ ਹੈ ਉਹ ਉੱਥੇ ਦੇ ਇੱਕ ਸਰਦਾਰ ਜਵਾਨ ਸਿੰਘ ਨੇ ਦਿੱਤੀ, ਉਹਨੇ ਆਪਣੇ ਨਾਂ 'ਤੇ ਖਾਲਜ ਹੀ ਨਹੀਂ ਰਖਵਾਇਆ, ਉਹਨੇ ਖਾਲਸਾ ਨਾਂ 'ਤੇ ਰਖਵਾ ਦਿੱਤਾ। ਯਾਨੀ ਇੱਥੋਂ ਤੱਕ ਕਿ ਲੋਕਾਂ ਨੇ ਇੱਥੋਂ ਬਹੁਤ ਸਾਰਾ ਪੈਸਾ ਲਾਇਆ, ਚੀਜ਼ਾਂ ਬਣਾਈਆਂ, ਸਕੂਲ ਕਾਲਜ ਯੂਨੀਵਰਸਿਟੀਆਂ ਤੱਕ ਗਏ ਅਤੇ ਪਰ ਲੋਕਾਂ ਦਾ ਆਪਣਾ ਇੱਕ ਜ਼ਿਲ੍ਹਾ ਨਾ ਹਿਸਾਬ ਕਿਤਾਬ ਸੀ। ਯਾਨੀ ਲੈਲਪੁਰ ਦਾ ਇੱਕ ਆਪਣਾ ਜ਼ਿਲ੍ਹਾ ਸਮਝ ਲਓ ਕਿ ਇੱਕ ਜਿਹਨੂੰ ਅਸੀਂ ਕਹਿੰਦੇ ਕਿ ਇੱਕ ਕਲਚਰ ਬਣਿਆ ਜਿਹਦੇ ਵਿੱਚ ਲੋਕ ਨਵੀਂ ਗੱਲ ਕਰਨਾ, ਨਵੀਂ ਗੱਲ ਸੁਣਨਾ ਪਸੰਦ ਕਰਦੇ ਸਨ ਅਤੇ ਇਸ ਕਰਕੇ ਇਹ ਸ਼ਹਿਰ ਜਿਹੜਾ ਨਾ ਅੱਗੇ ਵਧਿਆ। ਸੋ ਆਦੀ ਗੱਲ ਇਹ ਕਿ ਜਿਹੜੀ ਟੂਰਿਸਟਾਂ ਦੀ ਤੁਸੀਂ ਗੱਲ ਕੀਤੀ ਹੈ ਕਿ ਟੂਰਿਸਟਾਂ ਨੂੰ ਮੈਂ ਸਮਝਣਾ ਕਿ ਪੂਰੇ ਪੰਜਾਬ ਦੇ ਵਿੱਚ ਬੜਾ ਹੀ ਇੱਕ ਮਜ਼ੇਦਾਰ ਸ਼ਹਿਰ ਇਸ ਤਰ੍ਹਾਂ ਵੀ ਹੈ ਕਿ ਤੁਸੀਂ ਇਹਦੇ ਸੈਂਟਰ 'ਚ ਆਓ ਅਤੇ ਇਹਦੇ ਅੱਠ ਬਾਜ਼ਾਰ ਗੌਰ ਨਾਲ ਵੇਖੋ। ਇਹ ਅੱਠੇ ਬਾਜ਼ਾਰ ਜਿਹੜੇ ਨੇ ਨਾ ਇਹ ਤੁਹਾਨੂੰ ਪੂਰੇ ਸ਼ਹਿਰ ਦਾ ਮੰਜ਼ਰ ਵਿਖਾਉਂਦੇ ਨੇ ਔਰ ਪੂਰਾ ਸ਼ਹਿਰ ਵੀ ਦੱਸ ਦਿੰਦੇ ਨੇ ਕਿ ਇਹ ਸ਼ਹਿਰ ਹੈ ਕਿੱਥੇ। ਝੰਗ ਬਾਜ਼ਾਰ, ਚਨਿਓਟ ਬਾਜ਼ਾਰ, ਪੁਹਾਣਾ ਬਾਜ਼ਾਰ, ਕਚਹਿਰੀ ਬਾਜ਼ਾਰ, ਕਾਰਖਾਨਾ, ਮਿੰਟ ਕੁਮਰੀ ਬਾਜ਼ਾਰ, ਯਾਨੀ ਸਾਰੇ ਬਾਜ਼ਾਰ ਜਿਹੜੇ ਨੇ ਬਾਜ਼ਾਰਾਂ ਦੇ ਨਾਮ ਇਸ ਤਰ੍ਹਾਂ ਰਿਲੇਟਡ ਨੇ ਕਿ ਜਿਸ ਸ਼ਹਿਰ ਹਾਂ ਉਸੇ ਤਰ੍ਹਾਂ ਹੀ ਜਿਹੜਾ ਨਾ ਉਹ ਫਿਰ ਸ਼ਹਿਰ ਯਾਨੀ ਤੁਸੀਂ ਵੇਖ ਸਕਦੇ ਕਿ ਸਰਾਊਂਡਿੰਗ 'ਚ ਸ਼ਹਿਰ ਕਿਹੜੇ ਇਹਦੇ ਅਤੇ ਬਾਕੀ ਇਹ ਕਿ ਜਿਹੜਾ ਤੁਸੀਂ ਸ਼ਹਿਰ ਦਾ ਜੇ ਹੋਰ ਸਵਾਦ ਨਾਲ ਵੇਖਣਾ ਹੋਏ ਤਾਂ ਇੱਥੇ ਜਿਹੜੀਆਂ ਤਾਰੀਖੀ ਇਮਾਰਤਾਂ ਨੇ ਉਹ ਬੜੇ ਹਿਸਾਬ ਨਾਲ ਬਣਾਈ ਗਈਆਂ। ਪਲੈਨ ਸਿਟੀ ਸੀ ਕਿ ਜੇ ਤੁਸੀਂ ਰੇਲ ਬਾਜ਼ਾਰ 'ਚ ਜਾਓਗੇ ਤਾਂ ਤੁਹਾਨੂੰ ਮੰਦਰ ਗਲੀ ਮਿਲੇਗਾ, ਜੇ ਤੁਸੀਂ ਕਚਹਿਰੀ ਬਾਜ਼ਾਰ ਵੱਲ ਨੂੰ ਜਾਓਗੇ ਤਾਂ ਤੁਹਾਨੂੰ ਖਾਲਸਾ ਯਾਨੀ ਪੁਰਾਣਾ ਗੁਰਦੁਆਰਾ ਮਿਲੇਗਾ, ਅੱਗੇ ਚਨਿਓਟ ਬਾਜ਼ਾਰ ਵੱਲ ਨੂੰ ਚਲ ਜਾਓਗੇ ਤਾਂ ਤੁਹਾਨੂੰ ਪੁਰਾਣੀ ਮਸਜਿਦ ਮਿਲੇਗੀ ਅਤੇ ਇਸੇ ਤਰ੍ਹਾਂ ਹੀ ਤੁਹਾਨੂੰ ਸਕੂਲ ਕਾਲਜ ਇਸੇ ਦੇ ਵਿੱਚ ਹੀ ਜਿਹੜੇ ਨਾ ਮਿਲਦੇ ਰਹਿਣਗੇ ਉਹਦੇ ਨਾਲ ਨਾਲ ਨਾ, ਕਿਉਂਕਿ ਨਵਾਂ ਸ਼ਹਿਰ ਸੀ 1904 'ਚ ਬਣਿਆ ਅਤੇ 35 46 40 ਦੇ ਬਹੁਤ ਸਾਰੇ ਸੋਹਣੇ ਘਰ ਬਣੇ ਹੋਏ ਇੱਥੇ ਮੌਜੂਦ ਨੇ ਜਿਹੜੇ ਇੱਥੋਂ ਲੋਕ ਚਲੇ ਗਏ। ਅੱਛਾ, ਇਹਦੀ ਬਾਤ ਕਰੀ 1890 ਤੋਂ ਸ਼ੁਰੂ ਹੋਈ ਹੈ। ਇਹਦੀ 1893 'ਚ ਕਨਾਲ ਹੈ ਜਿਹੜੀ ਰੱਖ ਬ੍ਰਾਂਚ ਇਹ ਪੈ ਗਈ ਸੀ ਅਤੇ ਨਾਲ ਹੀ ਫਿਰ ਅਲਾਟਮੈਂਟਾਂ ਸ਼ੁਰੂ ਹੋ ਗਈਆਂ। ਬਹੁਤ ਸ਼ੁਕਰੀਆ ਚੱਠਾ ਸਾਹਿਬ। ਚੱਠਾ ਸਾਹਿਬ ਆਪਾਂ ਘੇਡਾ ਘਰ ਵੇਖ ਵੀ ਲਈਏ। ਚਲੋ ਜੀ ਚਲੋ। ਮੈਂ ਇੱਕ ਦੋ ਵਾਰੀ ਬਹੁਤੀ ਵਾਰੀ ਨਹੀਂ ਗਿਆ, ਮੈਂ ਇੱਕ ਦੋ ਵਾਰੀ ਗਿਆ ਅੰਦਰ। ਅੱਛਾ, ਘੇਡਾ ਘਰ ਵੇਖ ਲੈਂਦੇ ਜਨਾਬ। ਅੱਛਾ, ਕਾਰਖਾਨਾ ਬਾਜ਼ਾਰ ਦਾ ਨਾਂ ਕਾਰਖਾਨਾ, ਇੱਥੇ ਤਾਂ ਕਾਰਖਾਨੇ ਤਾਂ ਕਰਕੇ। ਆਹੋ, ਇੱਥੇ ਅੱਗੇ ਇੱਕ ਕਾਰਖਾਨਾ ਹੁੰਦਾ ਸੀ ਪੁਰਾਣਾ, ਉਹ ਇਸ ਕਰਕੇ ਫਿਰ ਇਹਦਾ ਨਾਂ ਇਹ ਇਹਨਾਂ ਨੇ ਰੱਖਿਆ। ਉੱਧਰ ਵਾਲਾ ਖੁੱਲ੍ਹਾ, ਇਹਦੇ ਸਾਈਡਾਂ 'ਤੇ ਸਾਰੇ ਇਸ ਵੇਲੇ ਮਜ਼ਦੂਰ ਆ ਕੇ ਬਹਿੰਦੇ ਨੇ ਸਾਰੇ ਨਾ ਸੁਬਹਾ ਸੁਬਹਾ ਆ ਕੇ, ਵੀ ਜਿਹਨੂੰ ਕੋਈ ਕੰਮ ਦੀ ਲੋੜ ਹੁੰਦੀ ਹੈ ਉਹ ਇੱਥੋਂ ਆ ਕੇ ਫਿਰ ਮਜ਼ਦੂਰ ਜਿਹੜਾ ਉਹ ਹਾਇਰ ਕਰਕੇ ਲੈ ਜਾਂਦਾ। ਹੁਣ ਜਿਹੜੀ ਜਿਹੜੀ ਕੈਟੇਗਰੀ ਦਾ ਮਜ਼ਦੂਰ ਹੁੰਦਾ ਵੇਖੋ, ਜਿਵੇਂ ਇਹਨਾਂ ਥੋੜ੍ਹੀਆਂ ਵਗੈਰਾ ਰੱਖੀਆਂ, ਰੰਗ ਵਾਲਾ ਵਾ, ਆਹ ਪਟਾਈ ਪਟੂਈ ਵਾਲਾ, ਆਹ ਵੀ ਰੰਗ ਵਾਲਾ ਵਾ, ਇਸ ਤਰ੍ਹਾਂ ਸਾਰੇ ਆ ਕੇ ਮਜ਼ਦੂਰ ਇਹਦੇ ਸਰਾਊਂਡਿੰਗ 'ਚ ਸਵੇਰੇ ਸਵੇਰੇ ਸਿਰ ਬਹਿ ਜਾਂਦੇ। ਫਿਰ ਜਿਹਨਾਂ ਨੂੰ ਸ਼ਹਿਰ ਦੇ ਵਿੱਚ ਅਲੱਗ ਅਲੱਗ ਲੋੜ ਹੁੰਦੀ ਆ ਉਸ ਹਿਸਾਬ ਦੇ ਨਾਲ ਫਿਰ ਕਾਰੀਗਰ, ਮਿਸਤਰੀ, ਮਕੈਨਿਕ ਜਿਹੜੇ ਉਹ ਲੈ ਜਾਂਦੇ ਆ। ਆਹ ਵੇਖੋ, ਆਹ ਵੱਡੀਆਂ ਮਸ਼ੀਨਾਂ ਫਰਸ਼ ਪੁੱਟਣ ਵਾਲੇ, ਫਰਸ਼ ਪੁੱਟਦੇ ਨੇ, ਡਰਿੱਲਾਂ। ਆਹ ਸਵੇਰੇ ਸਵੇਰੇ ਉਡੀਕਣ ਡਏ ਆ ਵੀ ਕੋਈ ਸਾਨੂੰ ਆਵੇ ਅਤੇ ਆ ਕੇ ਹਾਇਰ ਕਰਕੇ ਲੈ ਜਾਏ ਅਤੇ ਦਿਹਾੜੀ ਲੱਗ ਜਾਏ। ਅਤੇ ਜੰਦਰਾ ਖੁੱਲ੍ਹਾ ਆਈ ਹੈ ਜੀ, ਜਾਣ ਦਿਓ। ਅੱਜ ਲੱਗਦਾ ਅਸੀਂ ਜੰਦਰਾ ਖੁੱਲ੍ਹਾ। ਇਹ ਆ ਗਿਆ ਜੀ ਘੰਟਾ ਘਰ। ਇਹ ਘੰਟਾ ਘਰ ਕਦੋਂ ਚੱਠਾ ਸਾਹਿਬ ਬਣਿਆ ਜੀ? ਇਹ ਜਨਾਬ 1904 'ਚ ਪੂਰਾ ਹੋ ਗਿਆ ਸੀ, ਉਦੋਂ ਹੀ ਇਹਦਾ ਦਸੰਬਰ ਦੇ ਵਿੱਚ ਇਹਨੂੰ ਉਹਨਾਂ ਨੇ ਇਹਦਾ ਜਿਹਨੂੰ ਕਹਿੰਦੇ ਨੇ ਕਿ ਇਫਤਤਾਹ ਕੀਤਾ ਗਿਆ ਅਤੇ ਉਹਦੀਆਂ ਲੱਗੀਆਂ ਹੋਈਆਂ ਨਿਸ਼ਾਨੀਆਂ ਨਿਸ਼ੂਨੀਆਂ ਵੀ ਇਹਦੇ 'ਤੇ ਲਿਖਿਆ। ਇੱਧਰ ਹਿੰਦੀ ਲਿਖੀ ਹੈ? ਇਹ ਹਿੰਦੀ ਲਿਖੀ ਹੈ, ਇਹ ਪੜ੍ਹ ਸਕਦੇ ਅਸੀਂ। ਹਾਂ, ਹਿੰਦੀ ਨਹੀਂ ਪੜ੍ਹ ਸਕਦੇ, ਪਰ ਇਹ ਹੈ ਕਿ ਅੰਗਰੇਜ਼ੀ ਵੀ ਲਿਖੀ ਹੈ ਅਤੇ ਪੰਜਾਬੀ ਵੀ ਲਿਖੀ, ਉਰਦੂ ਵੀ ਲਿਖੀ, ਸ਼ਾਹਮੁਖੀ ਵੀ ਲਿਖੀ, ਆਹ ਇੰਗਲਿਸ਼ ਲਿਖੀ ਹੈ। ਇੱਧਰ ਉਰਦੂ ਲਿਖੀ ਹੈ, ਮਲਕਾ ਮੁਹਕਮਾ ਵਿਕਟੋਰੀਆ ਕੈਸਰੀਆ ਹਿੰਦ ਕੀ ਯਾਦਗਾਰ ਨੇ ਆਬਾਦੀ ਚਨਾਬ ਕੇ ਬਸ਼ਿੰਦਗਾਨ ਨੇ ਘੰਟਾ ਘਰ ਤਬੀਰ ਕਰਵਾਇਆ। ਆਹ ਗੁਰਮੁਖੀ ਲਿਖੀ, ਗੁਰਮੁਖੀ ਵੀ ਆਉਂਦੀ ਕਿ ਨਹੀਂ? ਹਾਂਜੀ, ਗੁਰਮੁਖੀ ਬਸ ਜੋੜ ਕਰ।
ਆਪਣਾ ਜੇ ਇੰਟਰੋਡਿਊਸ ਕਰਾਉਣਾ ਸਾਹਮਣੇ ਜਿਹੜਾ ਤੁਹਾਨੂੰ ਬਾਜ਼ਾਰ ਨਜ਼ਰ ਆ ਰਿਹਾ ਇਹ ਹੈਗਾ ਜੀ ਅਮੀਨਪੁਰ ਬਾਜ਼ਾਰ ਅਮੀਨਪੁਰ ਬਾਜ਼ਾਰ ਜੇ ਆਪਾਂ ਸਹੀ ਹੈਗਾ ਅਮੀਨਪੁਰ ਮਤਲਬ ਇਹਦੇ ਇੱਕ ਸਾਡੇ ਕਸਬਾ ਚਨਿਓੜ ਦਾ ਉਹਨੂੰ ਅਮੀਨਪੁਰ ਕਹਿੰਦੇ ਆ ਸੋ ਇਹ ਇੱਧਰ ਨੂੰ ਖੁੱਲ੍ਹਦਾ ਤਾਂ ਕਰਕੇ ਇਹਦਾ ਅਮੀਨਪੁਰ ਬਾਜ਼ਾਰ ਨਾਮ ਆ ਵੈਸੇ ਉਰਦੂ 'ਚ ਅਮੀਨਪੁਰ ਬਾਜ਼ਾਰ ਵੀ ਆਪਾਂ ਕਹਿ ਦਿੰਦੇ ਹਾਂ ਇਹ ਜਿਹੜਾ ਸਾਹਮਣੇ ਵਾਲਾ ਵਾ ਇਹ ਚਨਿਓੜ ਬਾਜ਼ਾਰ ਆ ਕਿਉਂਕਿ ਇਹਦਾ ਜਿਹੜਾ ਇਹ ਖੁੱਲ੍ਹਦਾ ਵਾ ਘੰਟਾ ਘਰ ਤੋਂ ਉਸ ਸਾਈਡ ਨੂੰ ਆਹ ਘੰਟਾ ਘਰ ਆ ਘੰਟਾ ਘਰ ਤੋਂ ਉਸ ਸਾਈਡ ਨੂੰ ਇਹ ਚਨਿਓਟ ਆ ਇੱਧਰ ਇਸ ਤੋਂ ਚਨਿਓਟ ਇਹ ਸਾਹਮਣੇ ਵਾਲਾ ਇੱਥੇ ਵੈਸੇ ਅੱਜ ਕੱਲ੍ਹ ਮੋਬਾਈਲ ਫੋਨ ਦੀ ਬੜੀ ਵੱਡੀ ਮਾਰਕੀਟ ਆ ਇਹ ਡਿਸਟ੍ਰਿਕਟ ਕੌਂਸਲ ਵੀ ਇੱਧਰ ਆ ਅਤੇ ਜਿਹੜਾ ਡਿਸਟ੍ਰਿਕਟ ਕਚਹਿਰੀ ਆ ਉਹ ਵੀ ਇੱਧਰ ਨੇ ਇਸ ਤੋਂ ਇਹਦਾ ਨਾਂ ਕਚਹਿਰੀ ਬਾਜ਼ਾਰ ਆ ਇਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਇਹ ਵਾਲਾ ਇਹ ਰੇਲ ਬਾਜ਼ਾਰ ਹੈ ਕਿਉਂਕਿ ਇੱਧਰ ਰੇਲਵੇ ਸਟੇਸ਼ਨ ਆ ਤੋ ਇਹਦਾ ਨਾਂ ਜਿਹੜਾ ਰੇਲਵੇ ਸਟੇਸ਼ਨ ਆ ਤੁਹਾਨੂੰ ਇੰਟਰੋਡਿਊਸ ਕਰਾਇਆ ਸੀ ਉੱਧਰੋਂ ਮੈਂ ਵੀ ਕਿਹੜਾ ਕਿਹੜਾ ਝੰਗ ਬਾਜ਼ਾਰ ਹੈ ਅਤੇ ਇਹ ਘੰਟਾ ਘਰ ਦੇ ਬਿਲਕੁਲ ਚੌਂ ਸਾਈਡਾਂ 'ਤੇ ਸਾਰੇ ਅੱਠਾਂ ਸਾਈਡਾਂ 'ਤੇ ਅੱਠੇ ਬਾਜ਼ਾਰ ਤੁਹਾਨੂੰ ਮਿਲਣਗੇ ਜਿੱਧਰ ਨੂੰ ਵੀ ਜਾਣਾ ਹੋਵੇ ਅਤੇ ਮੁਖਤਲਿਫ ਕਿਸਮ ਦੇ ਇੱਥੇ ਜਿਹੜੇ ਆ ਕਾਰੋਬਾਰ ਹੁੰਦੇ ਨੇ ਹੱਬ ਆ ਤੁਸੀਂ ਸਮਝ ਲਓ ਜੇ ਬਿਜ਼ਨਸਮੈਨਾਂ ਦੀ ਜਿਹੜੇ ਕੁਝ ਚੀਜ਼ਾਂ ਸ਼ੋਪਿੰਗ ਕਰਨੀ ਹੋਵੇ ਇੱਧਰ ਤੁਹਾਨੂੰ ਅਨਾਰਕਲੀ ਮਿਲ ਜਾਏਗੀ ਇਸ ਬਾਜ਼ਾਰ 'ਚ ਆ ਹੁਣੇ ਸਵੇਰੇ ਸਵੇਰੇ ਖੁਸ਼ੀ ਜਾ ਕੇ ਖਰੀਦ ਵੀ ਲਿਆਈਏ ਕੁਛ ਕੀ ਖਰੀਦ ਲਿਆ ਸ਼ਾਲ ਲੋਈ ਬਾਕੀ ਮੈਂ ਪਲੈਨਿੰਗ ਕਰ ਰਹੀ ਹਾਂ ਵੀ ਕੀ ਲੈ ਕੇ ਆਣਾ ਲੱਗ ਕੇ ਆਏ ਹਲੇ ਹੋਰ ਸ਼ਾਮ ਲਾਣੀ ਮੈਂ ਕਿਹਾ ਇਹਦਾ ਕੰਮ ਲੰਮਾ ਪਹਿਲੇ ਨਿਬੇੜ ਆਈਏ ਹੋਰ ਵੀ ਲੈ ਕੇ ਆਵਾਂਗੇ ਉਹ ਲੋਈ ਵੀ ਉਹ ਲੈ ਲਈ ਆ ਫਿਰ ਹਾਂ ਉਹ ਲੈ ਲਈ ਲੋਈ ਵੀ ਲੈ ਲਈ ਸ਼ਾਲ ਵੀ ਲੈ ਲਿਆ ਮੈਂ ਹੋਰ ਸ਼ਾਲ ਵੀ ਲੈ ਲਿਆ ਮੈਂ ਕਿਹਾ ਆਪਣੀ ਪੰਜਾਬੀ ਲਹਿਰਾ ਦੀ ਲੋਈ ਲੈਤੀ ਹੈ ਲਿਖਾ ਉਹ ਬਹੁਤ ਅਸੀਂ ਗਿਫਟ ਦਿੱਤੀਆਂ ਸਾਰੇ ਲੋਕਾਂ ਨੇ ਉੱਥੋਂ ਬੁਲਾ ਕੇ ਬਹੁਤ ਹੋਰ ਵੀ ਲਈ ਸੋ ਇਹ ਸੀ ਛੋਟਾ ਜਿਹਾ ਇੱਥੋਂ ਦਾ ਇੰਟਰੋਡਕਸ਼ਨ ਤੇ ਬਾਕੀ ਅੱਗੇ ਵੱਧਦੇ ਹਾਂ ਹੋਰ ਕੁਝ ਚੀਜ਼ਾਂ ਤੁਹਾਨੂੰ ਵਿਖਾਉਂਦੇ ਹਾਂ ਜੀ ਸਾਹਿਬ ਜੀ ਜੀ ਸ਼ਬੀਰ ਸਾਹਿਬ ਦੀ ਮੰਨ ਲਓ ਰਾਇਤ ਕਰ ਦਿਓ ਠੀਕ ਹੋ ਗਿਆ ਕਿੰਨੇ ਪੈਸੇ ਲੈਣੇ ਜੀ ਹੋ ਗਈ ਮੈਂ ਕਿਹਾ ਉਹਨਾਂ ਨੂੰ ਲਈ ਪੈਸੇ ਮੁਨਾਸਬ ਮੈਂ ਕਿਹਾ 500 ਹੋਰ ਛੱਡ ਦਿਓ ਉਹਨਾਂ ਦਾ ਸਾਡੇ ਕਹਿੰਦੇ ਵਧੀਆ ਗੱਲ ਹੋ ਮੈਂ ਕਿਹਾ ਹੋਰ ਛੱਡ ਦਿਓ ਹੋਰ ਛਡਾਓ ਭਾਈ ਇਦਾਂ ਨਹੀਂ ਕਰ ਚੱਲਣੀ ਮਹਿਮਾਨ ਆਏ ਆ ਠੀਕ ਹੋ ਜੀ ਇਹ ਟ੍ਰੈਵਲਰ ਨੇ ਵਲੌਗ ਬਣਾਉਂਦੇ ਇਹਨਾਂ ਦੇ ਵਲੌਗ ਪੂਰੀ ਦੁਨੀਆ ਤੇ ਚੱਲਦੇ ਆ ਸਾਡੀ ਵਲੌਗ ਜਾਣੀ ਨਾ ਗੱਲ ਸੁਣੋ ਇਹ ਤੁਹਾਡੀ ਵਰਲਡ ਜਾਣੀ ਹੈ ਮਸ਼ਹੂਰੀ ਕਿ ਸ਼ੇਖ ਸਾਹਿਬ ਨੇ ਇਹਨਾਂ ਨੂੰ ਰਾਇਤ ਕੀਤੀ ਏ ਇਹ ਸਾਡੇ ਕੋਲ ਰੋਜ਼ ਰੋਜ਼ ਨਹੀਂ ਆਣੇ ਹੈਗੇ ਥੈਂਕ ਯੂ ਮੈਂ ਵੈਸੇ ਵੀ ਦੱਸਦਾ ਭਾਈ ਕੀ ਕੀ ਲਿਆ ਸ਼ਾਲ ਦੋ ਸ਼ਾਲ ਲਿਆ ਇਹ ਸਾਡੇ ਨਹੀਂ ਮਿਲਦੇ ਟ੍ਰੈਡੀਸ਼ਨਲ ਸ਼ਾਲ ਅੱਛਾ ਤੁਹਾਡੇ ਲੱਭਦੇ ਆ ਆ ਮੈਨੂੰ ਸੈਮੀ ਦੇ ਦਵਾਈਆ ਸ਼ੁਕਰੀਆ ਜੀ ਆ ਦੇਖੋ ਨਾ ਰੰਗ ਕਿਦਾਂ ਸੋਹਣਾ ਤੁਹਾਡੇ ਕੋਲ ਹੈ ਵੀ ਨਹੀਂ ਉਹ ਤਾਂ ਮੈਂ ਪਿਛਲੇ ਸਾਲ ਲੈ ਗਈ ਸੀ ਨਹੀਂ 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 ਉਹ ਹੈ ਵੀ ਚਲਾ ਗਿਆ ਸੇਲ ਇਹ ਲਾਈਟ ਚਾਹੀ ਮੇਰੇ ਕੋਲ ਇਦਾਂ ਨਹੀਂ ਆ ਸੇਮ ਹੀ ਆ ਆ ਡਿਜ਼ਾਈਨ ਬਣਿਆ ਹੋਇਆ ਜਿਹੜਾ 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 ਇਹ ਆਰਡਰ ਹੈ ਇਹ ਗੱਲੇ ਚ ਪਾਉਣ ਵਾਸਤੇ ਕਿਹੜਾ ਮਾਡਲ ਆ ਪਰ ਲੈ ਬਈ ਮਾਡਲ ਨੜੇਨੇ ਮਾਡਲ ਆ ਮਾਡਲ ਆ ਕਹਿੰਦਾ ਬਾਰਡਰ ਅੱਛਾ ਬਾਰਡਰ ਮੈਂ ਕਹਿੰਦਾ ਮਾਡਲ ਆਂਦਾ ਮਾਡਲ ਨਹੀਂ ਬਾਰਡਰ ਕਿਹਾ ਲੋਈਆਂ ਲੋਈਆਂ ਦੇਖ ਲਓ ਯਾਰ ਇਧਰਲੇ ਪੰਜਾਬ 'ਚ ਬਹੁਤ ਸੋਹਣੀਆਂ ਮਿਲਦੀਆਂ ਨਹੀਂ ਰੀਸਾਂ ਯਾਰ ਕੱਪੜੇ 'ਚ ਤੁਹਾਡੀਆਂ ਫੈਸਲਾਬਾਦ ਵਾਲਿਆਂ ਚਲੋ ਮੈਨੂੰ ਵੀ ਸੂਟ ਦਿਵਾਓ ਇੱਕ ਅੱਧਾ ਪੰਜਾਬੀ ਲਹਿਰ ਵਾਲੀ ਲੋਈ ਕਿਹੜੀ ਲਈਏ ਪੰਜਾਬੀ ਲਹਿਰ ਆ ਲੈ ਲਈ ਇਹਨਾਂ ਨਾਲ ਅਸੀਂ ਨਾਂ ਰੱਖਿਆ ਹੈ ਪੰਜਾਬੀ ਲਹਿਰ ਵਾਲੀ ਪੰਜਾਬੀ ਲਹਿਰ ਲੋਈ ਹਾਂ ਇਹ ਬਹੁਤ ਗਿਫਟ ਜਾਂਦੇ ਨਾ ਉਧਰ ਤਾਂ ਅੱਛਾ ਚੱਲ ਪਸੰਦ ਕਰਦੇ ਨਾ ਧੰਨ ਭਾਗ ਸਾਡੇ ਇੱਕ ਸਾਡੇ ਕੋਲੇ ਵੀ ਆ ਗਿਆ ਗਿਫਟ ਤੁਹਾਡਾ ਹੈ ਇਹ ਭਾਈ ਇਹਨਾਂ ਦਾ ਦੱਸ ਦਵਾਂ ਦੁਕਾਨ ਵਾਲਿਆਂ ਦਾ ਇਹਨਾਂ ਕੋਲ ਹੀ ਆਪਾਂ ਲੈ ਕੇ ਜਾਂਦੇ ਚਾਦਰਾਂ ਚੁਦਰਾਂ ਤੇ ਆਪਾਂ ਕਰਦੇ ਆ ਭਾਈ ਸਾਹਿਬ ਨੇ ਰਾਇਤ ਕਰਾਈ ਅਸੀਂ ਰਾਇਤ ਕਰਦੇ ਪਹਿਲਾਂ ਹੀ ਬਹੁਤ ਰਾਇਤ ਦੁਕਾਨ ਤੇ ਵੀ ਇੱਕ ਵਾਰੀ ਮਾਰੋ ਰਾਇਤ ਤਾਂ ਪਤਾ ਨਹੀਂ ਦੁਕਾਨ ਦਾ ਨਾਮ ਨਹੀਂ ਇਹ ਪਹਿਲਾਂ ਹੀ ਬਹੁਤ ਰਾਇਤ ਕਰਦੇ ਆਪਣੀ ਬੇਲੀ ਬਣੀ ਬਸ਼ੀਰ ਸ਼ਾਲ ਸੈਂਟਰ ਪੰਜਾਬੀ ਲਹਿਰ ਵਾਲੇ ਨਾ ਤੇ ਜਿੱਥੋਂ ਫੁੱਲ ਦਿੰਦੇ ਆ ਉਹ ਵੀ ਮੈਂ ਦਿਖਾਤਾ ਸੀਗਾ ਪਹਿਲਾਂ ਵੀ ਪੰਜਾਬੀ ਲਹਿਰ ਦੇ ਜਿੰਨੇ ਮਹਿਮਾਨ ਆਉਂਦੇ ਆ ਤੇ ਉਹ ਫੁੱਲ ਕਿਤੋਂ ਜਾਂਦੇ ਆ ਤੇ ਪੰਜਾਬੀ ਲਹਿਰ ਦੇ ਜਿਹੜੇ ਗਿਫਟ ਲੋਈਆਂ ਦੇ ਗਿਫਟ ਜਾਂਦੇ ਉਹ ਵੀ ਅੱਜ ਤੁਹਾਨੂੰ ਦਿਖਾਤਾ ਵੀ ਲੋਈਆਂ ਦੇ ਗਿਫਟ ਇੱਥੋਂ ਜਾਂਦੇ ਆ ਪੰਜਾਬੀ ਲਹਿਰ ਦੇ ਫੈਸਲਾਬਾਦ ਤੋਂ ਸ਼ੁਕਰੀਆ ਜੀ ਨਾਸਰ ਸਾਹਿਬ ਢਿੱਲੋਂ ਸਾਹਿਬ ਮਿਹਰਬਾਨੀ ਧੰਨਵਾਦ ਤੇ ਮੁਹੱਬਤਾਂ ਤੁਹਾਡੀਆਂ ਹੁਣ ਤੁਹਾਨੂੰ ਵੀ ਇੱਕ ਗਿਫਟ ਲਾਹੌਰੋਂ ਲੈ ਕੇ ਦੇਣਾ ਖਾ ਲਈਏ ਹੁਣ ਲੱਸੀ ਪੀਣੀ ਆ ਲੱਸੀ 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 ਤੁਸੀਂ ਚਾਹ ਚਾਹ ਬੜੀ ਕਰਦੇ ਹੋ ਲੱਸੀ ਲੱਸੀ ਆ ਗਈ ਲੱਸੀ ਅੱਗੇ ਢਿੱਲੋਂ ਸਾਹਿਬ ਚਾਹ 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 ਕਰਦੇ ਹੁੰਦੇ ਲੱਸੀ 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 ਕਮਾਲ ਹੋ ਗਈ ਕੱਪਾਂ ਜੇ ਕਮਾਲ ਅਸੀਂ ਅੱਧੀ ਅੱਧੀ ਪੀਵਾਂਗੇ ਨਾ ਸਾਡੀ ਮੁਹੱਬਤ ਵੱਧ ਉਹ ਬਾਈ ਸਾਹਿਬ ਚ ਸਾਡਾ ਨਾ ਗਲਾ ਖਰਾਬ ਹੋ ਜਾਂਦੇ ਆ ਠੰਡ ਨਾਲ ਤਾਂ ਕਰਕੇ ਹਾਂਜੀ ਬਾਕੀ ਭਾਬੀ ਹੋਣਾ ਨੇ ਵਲੌਗ ਤਾਂ ਇਹ ਵੀ ਦੇਖ ਲੈਣਾ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿੰਨੀ ਮੁਹੱਬਤ ਹੈ ਸਾਰਾ ਦਿਨ ਪੈਸੇ ਹੀ ਫੜਨੇ ਸੀ ਬਹੁਤ ਮਿਹਰਬਾਨੀ ਉਹਦੀ ਕੀ ਵਜ੍ਹਾ
ਕੋਈ ਨਹੀਂ ਤੁਸੀਂ ਸਾਡੇ ਪੰਜਾਬੀ ਭਰਾ ਜੇ ਤੇ ਬੜੀ ਖੁਸ਼ੀ ਹੋਈ ਆ ਸਰਦਾਰ ਭਰਾ ਇੰਡੀਆ ਤੇ ਬਸ ਬੇਸਿਕ ਵਜ੍ਹਾ ਹੈ ਭੱਲਾ ਤੁਹਾਡਾ ਭੱਲਾ ਕਰੇ ਬੜੀ ਮਿਹਰਬਾਨੀ ਮਾਫੀ ਦੇ ਦਿਓ ਨਹੀਂ ਲੈਣੇ ਨਹੀਂ ਲੈਣੇ ਭਾਜੀ ਕਹਿੰਦਾ ਪੈਸੇ ਨਹੀਂ ਲੈਣੇ जुगता मारनी आ गई मजाक कर ले लेंदे पंजाब वाले मेहमान नूं यार बड़ी सेवा करते है बड़ा दिलों सत्कार करते है बाकी ढिल्लों साहब का बड़ा इत्थे आदर मान सत्कार है चौधरी है जो होए इधर दे अगे जिथे पैसे देने जो मैं दिते ना देने जी क्योंकि बच गए इस तरह कोठियां वेचदे ने खान साहब कैसा है खान साहब मूंह छुपाता है लो भी दोस्तों हूँ अभी आ गए हाँ गुरुद्वारा साहब हम इतने हूँ एक गली भी जी गुरुद्वारा गली वजती है पहले बहुत व्डा सोहना गुरुद्वारा से हूँ भी वो स्कूल है स्कूल बहुत सोहना ना मेनटेन करके रखी है बिल्डिंग देखो तुम दिखाव मेन एंट्री इतने अगे भी आते जाते रही इतों पुछ के उसदादा फिर अंदर चलते हैं आप प्रिंसीपल साहब ने गुरुद्वारा साहब के बाहर ऐसे आप खलोते हैं ये एंट्री है बड़ा खूबसूरत हूँ भी यदि बिल्डिंग वेखो जी बिल्कुल इस साइड से प्रिंसीपल साहब का कमरा इधर हूँ जो स्कूल है ये सामने जो तुम हॉल नज़र आ रहे हैं ये किसी टाइम जो गुरुद्वारा साहब बनया से उदो इतें जड़िया रैशा सन भी लोग मेहमान होंगे सन वो रेंदे सन कुछ लोग दसते हैं दसा जाता कि जो लैलपुर आबाद होया आबादकारी शुरू हुई सी 1890 उदों ही शुरू हो गया सी कुछ लिखण वाले लिखते हैं कि इहदी तमीर जिहड़ी आ 1905 शुरू हुई सी ते पार्टीशन तो पहलों तक इहदी जिहड़ी उसारी इहदी तमीर चलती रही सी उत्ते मैं नज़र हाँ वो सामने क्योंकि उत्थे सीमेंट का कम भी होया तो वह विच ही थोड़ा जिहा कम रहिंदा सी पार्टीशन हो गई तो उस तरह उस उदा उदा ही खंडा साहब सामने खंडा साहब इस साइड से ये स्कूल जो गुरद्वारा साहब है पार्टीशन तो पहलों भी इस साइड से खालसा गर्ल्स स्कूल से यदा गुरद्वारा साहब का ना सिंह सभा गुरद्वारा से नाल ही इतने बच्चिया जड़िया कुड़िया तलीम हासिल कर दया सी ए जगह जिथे खालसा गर्ल्स हाई स्कूल से मिडल स्कूल सॉरी हाई नहीं इस जगह पर असी मतलब जिथे प्रकाश हों गुरु ग्रंथ साहब का इस साइड से ए खंडा साहब से देखो और गुरमुखी दे विच सलेटा भी जड़िया नसम ने हले भी खंडा साहब नहीं झूल रहा टाइम के नाल नाल लेकिन यह भी इन्होंने उन्होंने रिमूव नहीं किया हटाया नहीं सेम एज इट उस उस तरह ही मार्बल जी नज़र आती है तुम बिल्डिंग बहुत सोहनी खूबसूरत बनाई गई थी उदो कुछ इतने चीज़ा जड़िया उस दौर दियाँ पुराने दौर दियाँ हले भी मौजूद ने जड़िया इसों गुरद्वारा साहब के मिलिया ने वह भी तुम प्रिंसीपल साहब के कमरे के विखाने ने दो मंजिला बनाया गया सी बड़ा खूबसूरत बिल्डिंग है हवादार और उत्ते जो तुम मैं विखाव स्लेटा अज भी लगिया ने जिन्हें जिन्हें जरा जरा काम कराया उन्होंने तख्तियाँ जड़िया नसब ने बिल्डिंग बहुत सोहनी तो खूबसूरत गुरद्वारा साहब के बाहरली साइड से पुरानिया हाली बिल्डिंग इमारत लकड़ी दियाँ बनिया उस तरह मौजूद ने प्रिंसीपल साहब के कमरे से फिर जाने पहले तुम्हें बाहरों थोड़ा जहा विखा दा हले भी इंग्लिश लिखा जी खालसा मिडल हाई स्कूल मिडल स्कूल सॉरी खालसा गर्ल्स मिडल स्कूल तो थोड़ा जहा आप अगे जावे और गुरमुखी के भी गल लिखा गुरमुखी खालसा मैनू बहुत ही सही तरह पढ़नी नहीं आती तो यही लिखा होना खालसा गर्ल्स मिडल स्कूल दुकाना ने जी इतने होलसेल का कपड़े का चटाइया दरिया इदा का सारा कुछ बजुर्ग सवेरे सवेरे तलावत कर रहे हैं
ਆਓ ਤੁਹਾਨੂੰ ਹੁਣ ਲੈ ਕੇ ਜਾਵਾਂਗੇ ਅੰਦਰ ਪ੍ਰਿੰਸੀਪਲ ਸਾਹਿਬ ਦੇ ਨਾਲ ਬੁਲਾਉਂਦੇ ਕੁਛ ਉੱਥੇ ਚੀਜ਼ਾਂ ਪੁਰਾਣੀਆਂ ਉਸ ਦੌਰ ਦੀਆਂ ਅੱਜ ਵੀ ਪਈਆਂ ਨੇ ਅਤੇ ਉਹਨਾਂ ਨੂੰ ਉਹਨਾਂ 'ਤੇ ਵੀ ਜ਼ਰੂਰ ਤੁਹਾਨੂੰ ਵਿਖਾਉਂਦੇ ਆਪਾਂ ਚੱਲਦੇ ਹਾਂ ਪ੍ਰਿੰਸੀਪਲ ਸਾਹਿਬ ਕੋਲ ਸਲਾਮ ਅਲੈਕੁਮ ਜੀ ਭਾਅ ਕੀ ਹਾਲ ਚਾਲ ਠੀਕ ਠਾਕ ਸਲਾਮ ਅਲੈਕੁਮ ਸਰ ਕੀ ਹਾਲ ਹੈ ਸਿਹਤ ਠੀਕ ਤੁਹਾਡੀ ਖੈਰੀਅਤ ਇਹ ਜੀ ਪ੍ਰਿੰਸੀਪਲ ਸਾਹਿਬ ਨੇ ਇਹ ਸਕੂਲ ਦੇ ਇਹ ਜਦੋਂ ਵੀ ਆਈਦਾ ਬਹੁਤ ਪਿਆਰ ਅਤੇ ਤਾਵਨ ਕਰਦੇ ਇਹਨਾਂ ਦੀ ਮੁਹੱਬਤ ਹੈ ਹਾਂਜੀ 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 ਸ਼ਬੀਰ ਸਾਹਿਬ ਬਹੁਤ ਸ਼ੁਕਰੀਆ ਕੁਛ ਚੀਜ਼ਾਂ ਇੱਥੋਂ ਜਦੋਂ ਬਾਅਦ ਵਿੱਚ ਬੇਸਮੈਂਟ 'ਚ ਉਹਨਾਂ ਨੂੰ ਮਿਲੀਆਂ ਸੀ ਅਤੇ ਇਹਨਾਂ ਨੇ ਇੱਥੇ ਸੰਭਾਲ ਕੇ ਰੱਖੀਆਂ ਸਿਹਤ ਲੈਣ ਵਾਲੇ ਹੈਲਮਟ ਕਿਰਪਾਨਾਂ ਕਿਰਪੂਨਾਂ ਜੰਗੀ ਸਾਜੋ ਸਮਾਨ ਆਹ ਵੇਖੋ ਕਿੱਡੀ ਵੱਡੀ ਆ ਇਹ ਹੱਥ 'ਤੇ ਪਾਉਣ ਦੀ ਪ੍ਰੋਟੈਕਸ਼ਨ ਦੇ ਨਾਲ ਇਹਦੇ ਵਿੱਚ ਹੱਥ ਪੈ ਜਾਂਦਾ ਥੱਲਿਓ ਇੱਥੋਂ ਹੱਥ ਪੈ ਜਾਂਦਾ ਵਿੱਚ ਉੱਥੋਂ ਫੜਨਾ ਅਤੇ ਇਹਨੂੰ ਫਿਰ ਇਸਤੇਮਾਲ ਕਰਨਾ ਸਪੋਜ਼ ਆਹ ਵੇਖੋ ਆਹ ਜਿਹੜੀ ਆ ਇਸ ਤਰ੍ਹਾਂ ਕਰਕੇ ਇਹਨੂੰ ਇੱਥੋਂ ਇੱਕ ਹੱਥ 'ਚ ਪਾ ਇਹਨੂੰ ਹੱਥ ਦੀ ਪ੍ਰੋਟੈਕਸ਼ਨ ਵੀ ਹੋ ਸਕੇ ਇਹ ਇਹਨਾਂ ਨੂੰ ਬੇਸਮੈਂਟ ਦੇ ਵਿੱਚੋਂ ਚੀਜ਼ਾਂ ਮਿਲੀਆਂ ਅਤੇ ਨਾਲ ਸੰਭਾਲ ਕੇ ਰੱਖੀਆਂ ਜਿਹੜੇ ਵੀ ਦੋਸਤ ਆਉਂਦੇ ਨੇ ਉਹਨਾਂ ਕੋਲ ਯਾਦਦਾਸ਼ਤੀ ਨੋਟ ਜਿਹੜੇ ਨੇ ਪ੍ਰਿੰਸੀਪਲ ਸਾਹਿਬ ਦੇ ਦਸਤਖਤ ਲੈਂਦੇ ਆ ਸਰ ਸ਼ੁਕਰੀਆ ਤੁਹਾਡਾ ਸਰ ਕਹਿੰਦੇ ਸੀ ਚਾਹੇ ਪੀ ਕੇ ਜਾਓ ਮੈਂ ਕਿਹਾ ਲਈ ਨਾਸ਼ਤਾ ਕਰਨਾ ਬਾਜ਼ਾਰ ਬਹਿ ਕੇ ਬਹੁਤ ਸ਼ੁਕਰੀਆ ਸਰ ਰੱਬ ਰੱਖਾ ਸੋ ਅੱਗੇ ਵੱਧਦੇ ਹਾਂ ਜੀ ਅੱਜ ਦੇ ਸਫ਼ਰ ਦੇ ਵਿੱਚ ਦੋਸਤੋ ਇਹ ਗੁਰਦੁਆਰਾ ਸਾਹਿਬ ਤੋਂ ਆਪਾਂ ਨਿਕਲ ਕੇ ਜਿਹੜਾ ਹੁਣ ਸਕੂਲ ਆ ਹੁਣ ਬਾਜ਼ਾਰ ਵੱਲ ਜਾਂਦੇ ਬਾਜ਼ਾਰ ਤੁਹਾਨੂੰ ਹੁਣ ਕੁਛ ਚੀਜ਼ਾਂ ਵਿਖਾਵਾਂਗੇ ਅੱਜ ਦੇ ਵਲੋਗ ਦੇ ਵਿੱਚ ਲੈਲਪੁਰ ਦੀਆਂ ਵੀ ਲੈਲਪੁਰ ਕਿਤਾਬਾਂ ਆ ਜਾਓ ਫਿਰ ਅੱਗੇ ਵੱਧਦੇ ਹਾਂ ਕੁਛ ਵੇਖਦੇ ਹਾਂ ਬਾਜ਼ਾਰ 'ਚ ਕੀ ਕੁਛ ਹੈ ਲੈਲਪੁਰ ਦੇ ਕੀ ਕੁਛ ਤੁਹਾਨੂੰ ਦੇਖਣ ਵਾਲਾ ਅਤੇ ਸਾਡੇ ਵਿਖਾਉਣ ਵਾਲਾ ਆ ਜਾਓ ਨਾਸ਼ਤਾ ਪੁਆਇੰਟ ਸ਼ੇਖ ਜੀ ਨਾਸ਼ਤਾ ਪੁਆਇੰਟ ਕੀ ਪੱਕਾ ਸ਼ੇਖ ਜੀ ਚਣੇ ਆ ਜੀ ਚਨੇ ਆ ਬੜੇ ਪਾਏ ਆ ਮੁਰਗ ਚਨੇ ਅੰਡੇ ਆ ਚਿਕਨ ਕੋਫਤੇ ਆ ਚਿਕਨ ਕੋਰਮਾ ਚਾਵਲ ਦਰਦਾ ਪਲਾਵ ਵਾਹ ਠੀਕ ਹੈ ਸਾਨੂੰ ਚਨੇ ਦਿਓ ਫਿਰ ਚਨੇ ਤੇ ਹਲੀਮ ਦੇ ਦਿਓ ਹਲੀਮ ਹੀ ਹੈਗਾ ਕਿ ਨਹੀਂ ਚਨੇ ਦੇ ਦਿਓ ਫਿਰ ਅੰਦਰ ਵੀ ਇਹਨਾਂ ਦਾ ਹੈ ਜੁਗਾੜ ਕੀ ਲੈਣਾ ਖਾਣਾ ਕੀ ਆ ਖਾਣਾ ਜੀ ਅਸੀਂ ਖਾਵਾਂਗੇ ਅੰਡਾ ਤਰੀ ਚਿਕਨ ਵੀ ਆ ਚਨੇ ਵੀ ਆ ਚਨੇ ਖੁਸ਼ੀ ਨੇ ਵੈਜ ਖਾਣਾ ਤੇ ਮੈਂ ਚਿਕਨ ਖਾ ਸਕਦਾ ਮੈਂ ਚਿਕਨ ਖਾ ਇੱਕ ਚਿਕਨ ਤੇ ਇਹ ਦੋ ਚਨੇ ਗਿਆ ਠੀਕ ਹੈ ਜੀ ਖੁਸ਼ੀ ਬੱਚੇ ਕਿਹੜੇ ਗੌਰ ਨਾਲ ਵੇਖਣੇ ਵੀ ਕੌਣ ਚਾਹ ਨਾ ਵਹਿੰਦੇ ਬੱਚੇ ਉਦੋਂ ਨਾ ਉੱਥੋਂ ਉੱਠ ਕੇ ਤੁਸੀਂ ਆਏ ਨਾ ਇਹਨਾਂ ਦਾ ਆਹਦਾ ਵਾਜਾ ਮਾਰਨੇ ਵੀ ਪ੍ਰਾਹੁਣੇ ਇਹਨਾਂ ਨੂੰ ਬਹਿਣ ਦਾ ਜਿੱਥੇ ਦਿਲ ਕਰਦਾ ਬਹਿ ਜਾ ਵੀ ਬੇਟਰਾ ਜੀ ਨਾਸ਼ਤਾ ਬਾਟਿਆਂ 'ਚ ਜੀ ਬਾਟਿਆਂ 'ਚ ਆ ਗਿਆ ਨਾਸ਼ਤਾ ਇਹ ਨਾਨ ਨਾ ਨਿਕਲੇ ਜਾਨ ਨਾ ਨਿਕਲੇ ਜਾਨ ਉਹ ਚਾਹ ਵਾਲਾ ਚਾਹ ਪੀਣੀ ਹੁਣੇ ਆ ਚਾਹ ਲਿਆ ਦੋਸਤਾ ਆ ਚਾਹ ਵੀ ਘਲਾ ਦੀ ਬਾਈ ਮਿੱਠਾ ਕੱਟ ਤੇ ਚਾਹ ਅਮਲੀ ਵਾਲੀ ਚਾਹ ਨਾਸ਼ਤਾ ਲਿਆ ਕਰ ਪ੍ਰਾਹੁਣੇ ਕੋ ਪੈਸੇ ਲੱਗਾ ਮੈਚ ਦਵਾਉਣ ਪ੍ਰਾਹੁਣੇ ਪੈਸੇ ਤੂੰ ਦੇਣੇ ਆ ਦੇਣੀ ਆ ਬਾਈ ਪ੍ਰਾਹੁਣੇ ਤੋਂ ਹੀ ਦਵਾਉਂਦੇ ਹੋ ਤੁਸੀਂ ਇਹ ਮਜ਼ਾਕ ਕਰਦੇ ਬਈ ਪੈਸੇ ਕੱਢਣ ਨਹੀਂ ਦਿੰਦੇ ਧੱਕੇ ਨਾਲ ਦੇਣੇ ਪੈਂਦੇ ਜਿੱਥੇ ਦੇਣੇ ਪੈਂਦੇ ਆ ਕਹਿੰਦੇ ਵੀ ਅਸੀਂ ਦੇਵਾਂਗੇ ਨਹੀਂ ਅਸੀਂ ਖਾਂਦੇ ਨਹੀਂ ਹੈਗੇ ਐਂ ਕਹਿਣਾ ਪੈਂਦਾ ਪਾਪ ਨੀਰਾ ਚੜਾਉਣਾ ਹਾਂ ਨਾਸ਼ਤਾ ਲਿਆ ਆਪਾਂ ਘਰ ਹੁਣ ਕਿੰਨੇ ਹੋ ਗਏ ਅੱਗੇ ਵੱਧਦੇ ਆਪਾਂ ਚਾਹ ਚਾਹ ਪੀ ਲਈ ਆ ਮੈਂ ਉੱਧਰ ਬਰਨਾਲੇ ਜ਼ਿਲ੍ਹੇ ਤੋਂ ਆਏ ਜੀ ਚੜ੍ਹਦੇ ਪੰਜਾਬ ਤੋਂ ਤੇ ਲਹਿੰਦਾ ਪੰਜਾਬ ਦੇਖਣ ਆਇਆ ਵੀ ਕਿਹੋ ਜਿਹਾ ਬੜਾ ਸੋਹਣਾ ਸੀ ਵੀ ਬੜੇ ਮੁਹੱਬਤੀ ਲੋਕ ਹੈ ਅੱਛਾ ਲੱਗਾ ਅੱਛਾ ਲੱਗਾ ਬਹੁਤ ਬਹੁਤ ਸਾਡੇ ਕੋਲ ਰਹੋ ਜੀ ਸ਼ੁਕਰੀਆ ਮਿਹਰਬਾਨੀ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਜਦੋਂ ਵੀ ਲਾਇਲਪੁਰ ਦੀਆਂ ਗਲੀਆਂ 'ਚ ਆਵਾਜ਼ਾਂ ਮਾਰਦੇ ਆ ਸਰਦਾਰ ਜੀ ਰੁਕੋ ਸਰਦਾਰ ਜੀ
ਲੰਬਾ ਟਾਈਮ ਹੋ ਗਿਆ ਲੈਲਪੁਰੀਆਂ ਨੂੰ ਸਰਦਾਰ ਦੇਖੇ ਨਹੀਂ ਹੈ ਸਾਡੇ ਪੜਦਾਦੇ ਦਾ ਨਾਮ ਸੀ ਖੇਵਨ ਸਿੰਘ ਅੱਛਾ ਠੀਕ ਹੈ ਨਾ ਉਸ ਤੋਂ ਬਾਅਦ ਫਿਰ ਸਾਡੇ ਬੜੇ ਸਨਮਾਨ ਹੋਏ ਹਾਂਜੀ ਉਸ ਤੋਂ ਬਾਅਦ ਸਿਆਲਕੋਟ ਆ ਸਿਆਲਕੋਟ ਅੱਛਾ ਠੀਕ ਹੈ ਚਲੋ ਸ਼ੁਕਰੀਆ ਮਿਹਰਬਾਨੀ ਬਲ ਬਰੂਕੋ ਤੁਹਾਨੂੰ ਦੁਪਹਿਰ ਦਾ ਖਾਣਾ ਖਾਣਾ ਨਹੀਂ 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 ਖਾਣਾ ਨਹੀਂ ਖਾਣਾ ਲੋ ਵੀ ਦੋਸਤੋ ਇਹ ਸੀ ਸਾਡਾ ਅੱਜ ਦਾ ਲੈਲਪੁਰ ਦਾ ਸਵੇਰੇ ਸਵੇਰ ਦਾ ਟੂਰ ਹਾਂਜੀ ਕਿਉਂਕਿ ਬਾਅਦ ਜੇ ਰਸ਼ ਬਾਹਲਾ ਪੈ ਜਾਂਦਾ ਸਵਖਤੇ ਸਵਖਤੇ ਜਿਵੇਂ ਹੁਣ ਸਾਨੂੰ ਦੋ ਤਿੰਨ ਘੰਟੇ ਹੋ ਗਏ ਫਿਰ ਜਾ ਨੂੰ ਹਾਂਜੀ ਬੜਾ ਸੋਹਣਾ ਲੱਗਿਆ ਜੀ ਲਾਇਲਪੁਰ ਬੜਾ ਪੜ੍ਹਿਆ ਸੀਗਾ ਹਿਸਟਰੀ 'ਚ ਲਾਇਲਪੁਰ ਬਾਰੇ ਅਤੇ ਅੱਜ ਅੱਖੀਂ ਦੇਖ ਲਿਆ ਜਿਹੜੇ ਬਜ਼ੁਰਗ ਨਹੀਂ ਦੇਖ ਸਕੇ ਉਹਨਾਂ ਨੂੰ ਦਿਖਾਤਾ ਜਿਹੜੇ ਆਉਂਦੇ ਵੀ ਸਾਨੂੰ ਲਾਇਲਪੁਰ ਦੀ ਵੀਡੀਓ ਵਿਖਾ ਦਿਓ ਉਹਨਾਂ ਵਾਸਤੇ ਵੀਡੀਓ ਜ਼ਰੂਰ ਵੇਖ ਲਿਓ ਉਹ ਪੰਜਾਬੀ ਟਰੈਵਲ ਕਪਲ ਚੈਨਲ 'ਤੇ ਜਾ ਕੇ ਤੁਸੀਂ ਦੇਖ ਸਕਦੇ ਉਹਨਾਂ ਨੂੰ ਛੱਡੋ ਇੰਸਟਾਗ੍ਰਾਮ 'ਤੇ ਦੇਖੋ ਰਿਪਨ ਖੁਸ਼ੀ ਚੈਨਲ ਇਹ ਖੁਸ਼ੀ ਕਹਿੰਦੀ ਇੰਸਟਾਗ੍ਰਾਮ ਜਾਂ ਟਿਕਟੋਕ 'ਤੇ ਦੇਖ ਲਿਓ ਗੱਲ ਇਹ ਆ ਵੀ ਕੁਛ ਚੀਜ਼ਾਂ ਚਲੋ ਮੁਹੱਬਤਾਂ ਤੁਹਾਡੀਆਂ ਢਿੱਲੋਂ ਸਾਹਿਬ ਬੜਾ ਇਹਨਾਂ ਨੇ ਸੱਚੀ ਘੁਮਾ ਫਿਰਾ ਰਿਹਾ ਸਾਨੂੰ ਇਹਨਾਂ ਦਾ ਸ਼ੁਕਰੀਆ ਕਿੱਥੇ ਦੇਣ ਦੇਵਾਂਗੇ ਅਸੀਂ ਇਹਨਾਂ ਦਾ ਚਲੋ ਅੱਗੇ ਹੁਣ ਅਗਲੇ ਵਲੌਗ ਜੀ ਅੱਜ ਪਰ ਜਾਂਦੇ ਆ ਇਹ ਮੈਂ ਦੱਸਣਾ ਨਹੀਂ ਹਾਂਜੀ ਚਲੋ ਬਸ ਠੀਕ ਹੈ ਇਹਨੂੰ ਗੁਪਤ ਰਹਿਣ ਦੋ ਕੁਛ ਨਾ ਸਰਪ੍ਰਾਈਜ਼ ਰੱਖੀਦਾ ਹੁੰਦਾ ਹੈ ਨਾ ਅਗਲੇ ਵਲੌਗ 'ਚ ਤੁਹਾਨੂੰ ਮਿਲਦੇ ਆ ਬਹੁਤ ਜਲਦ ਰੱਬ ਰੱਖ